ਕੀ ਤੁਸੀਂ ਜਾਣਦੇ ਹੋ ਸਕੂਲੀ ਬੱਸਾਂ ਅਤੇ ਟੈਕਸੀਆਂ ਦਾ ਜ਼ਿਆਦਾਤਰ ਰੰਗ ਪੀਲਾ ਕਿਉਂ ਹੁੰਦਾ ਹੈ? ਦੁਨੀਆ ਦਾ ਸਭ ਤੋਂ ਲੰਮਾ ਰਾਸ਼ਟਰੀ ਗੀਤ ਕਿਸ ਦੇਸ਼ ਦਾ ਹੈ? ਕਿਹੜਾ ਜੀਵ ਆਪਣੇ ਪੂਰੇ ਜੀਵਨ ਦੇ ਵਿੱਚ 50,000 ਤੋਂ ਜ਼ਿਆਦਾ ਦੰਦ ਉਗਾਉਂਦਾ ਹੈ? ਇਨਸਾਨ ਨੇ ਮੁਰਗੀਆਂ ਨੂੰ ਪਹਿਲਾਂ ਕਿਸ ਕੰਮ ਲਈ ਪਾਲਣਾ ਸ਼ੁਰੂ ਕੀਤਾ ਸੀ? ਸੂਰਜ ਦੇ ਵਿੱਚ ਕਿੰਨੀਆਂ ਧਰਤੀਆਂ ਸਮਾ ਸਕਦੀਆਂ ਨੇ? ਟਾਈਟੈਨਿਕ ਜਹਾਜ਼ ਨੂੰ ਬਣਨ ਅਤੇ ਡੁੱਬਣ ਦੇ ਵਿੱਚ ਕਿੰਨੇ ਦਿਨ ਲੱਗੇ ਸਨ? ਅਜਿਹੀ ਕੋਈ ਦਿਲਚਸਪ ਫੈਕਟ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੋਰ ਟੀਵੀ। ਜੇਕਰ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਮੈਂ ਇਦਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਦਾ ਰਹਿਣਾ ਹਾਂ। ਹਾਂਗਕਾਂਗ ਅਤੇ ਹਾਲੀਵੁੱਡ ਦੇ ਵੱਡੇ ਐਕਸ਼ਨ ਐਕਟਰ ਜੈਕੀ ਚੈਨ ਦੀ ਮਾਂ ਇੱਕ ਡਰੱਗ ਡੀਲਰ ਸੀ, ਜਦਕਿ ਉਹਨਾਂ ਦੇ ਪਿਤਾ ਇੱਕ ਜਸੂਸ ਅਤੇ ਅਫਸਰ ਸਨ। ਇਹਨਾਂ ਦੋਨਾਂ ਦੀ ਮੁਲਾਕਾਤ ਇਹਨਾਂ ਦੇ ਕੰਮ ਦੇ ਕਾਰਨ ਹੀ ਹੋਈ ਸੀ। ਇਹ ਉਸ ਟਾਈਮ ਹੋਇਆ ਜਦੋਂ ਜੈਕੀ ਚੈਨ ਦੀ ਮਾਂ ਅਫੀਮ ਤਸਕਰੀ ਕਰਦੇ ਫੜੀ ਗਈ ਸੀ। ਪ੍ਰਾਚੀਨ ਮਿਸਰ ਦੇ ਵਿੱਚ ਫੈਰੋ ਤੋਂ ਮੱਖੀਆਂ ਨੂੰ ਦੂਰ ਰੱਖਣ ਲਈ ਇੱਕ ਨੌਕਰ ਦੇ ਸਰੀਰ ਉੱਪਰ ਪੂਰੀ ਚੰਗੀ ਤਰ੍ਹਾਂ ਨਾਲ ਸ਼ਹਿਦ ਮਲ ਕੇ ਖੜਾ ਕਰ ਦਿੱਤਾ ਜਾਂਦਾ ਸੀ ਤਾਂ ਕਿ ਸਾਰੀਆਂ ਮੱਖੀਆਂ ਉਸ ਨੌਕਰ ਵੱਲ ਹੀ ਚਲੀਆਂ ਜਾਣ। ਇਨਫੋਰਮੇਸ਼ਨ ਓਵਰਲੋਡ, ਇਨਫੋਰਮੇਸ਼ਨ ਐਂਗਜ਼ਾਇਟੀ, ਇਨਫੋਰਮੇਸ਼ਨ ਐਕਸਪਲੋਸ਼ਨ, ਇਨਫੋਬਿਸਟੀ, ਇਹ ਸ਼ਬਦ ਉਹਨਾਂ ਲੋਕਾਂ ਲਈ ਵਰਤੇ ਜਾਂਦੇ ਹਨ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਜਾਣਕਾਰੀ ਹੁੰਦੀ ਹੈ ਤੇ ਉਹ ਹਮੇਸ਼ਾ ਹੋਰ ਜ਼ਿਆਦਾ ਜਾਣਕਾਰੀ ਪਾਉਣ ਵਿੱਚ ਲੱਗੇ ਰਹਿੰਦੇ ਨੇ। ਅਜਿਹੇ ਲੋਕ ਜਾਣਕਾਰੀ ਇਕੱਠੀ ਕਰਨ ਤੱਕ ਤਾਂ ਠੀਕ ਰਹਿੰਦੇ ਨੇ, ਪਰ ਜਦੋਂ ਇਹਨਾਂ ਨੂੰ ਕੋਈ ਫੈਸਲਾ ਲੈਣਾ ਪੈਂਦਾ ਹੈ ਤਾਂ ਇਹ ਬਹੁਤ ਜ਼ਿਆਦਾ ਡਰ ਜਾਂਦੇ ਨੇ। ਜਿਵੇਂ ਕਿ ਘੱਟ ਗਿਆਨ ਹੋਣਾ ਖਤਰਨਾਕ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਹੀ ਬਹੁਤ ਜ਼ਿਆਦਾ ਗਿਆਨ ਹੋਣਾ ਵੀ ਖਤਰਨਾਕ ਮੰਨਿਆ ਜਾਂਦਾ ਹੈ ਤੇ ਇਹਨਾਂ ਲੋਕਾਂ ਦਾ ਇਹੀ ਗਿਆਨ ਇਹਨਾਂ ਨੂੰ ਕੋਈ ਫੈਸਲਾ ਲੈਣ ਨਹੀਂ ਦਿੰਦਾ ਤੇ ਇਹ ਲੋਕ ਕੋਈ ਫੈਸਲਾ ਲੈਣ ਤੋਂ ਪਹਿਲਾਂ ਇੱਥੇ ਵੀ ਆਪਣੀ ਜਾਣਕਾਰੀ ਇਕੱਠੀ ਕਰਨ ਵਿੱਚ ਲੱਗ ਜਾਂਦੇ ਨੇ। 1915 ਦੇ ਵਿੱਚ ਯੂਨੀਵਰਸਿਟੀ ਆਫ ਸ਼ਿਕਾਗੋ ਨੇ ਆਪਣੀ ਰਿਸਰਚ ਦੇ ਵਿੱਚ ਇਹ ਗੱਲ ਮੰਨੀ ਕਿ ਪੀਲਾ ਰੰਗ ਹੋਰ ਰੰਗਾਂ ਦੇ ਮੁਕਾਬਲੇ 1.5 ਗੁਣਾ ਜ਼ਿਆਦਾ ਤੇਜ਼ੀ ਨਾਲ ਦੇਖਿਆ ਤੇ ਪਹਿਚਾਣਿਆ ਜਾ ਸਕਦਾ ਹੈ। ਇਸੇ ਕਾਰਨ ਹੀ ਇਸ ਰੰਗ ਨੂੰ ਸਕੂਲ ਬੱਸਾਂ ਦੇ ਨਾਲ ਨਾਲ ਟੈਕਸੀਆਂ ਲਈ ਵੀ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਨਾਰੀਅਲ ਨੂੰ ਇੱਕ ਫਲ, ਬੀਜ ਅਤੇ ਨਟਸ ਦੇ ਲਈ ਕਲਾਸੀਫਾਈਡ ਕੀਤਾ ਜਾਂਦਾ ਹੈ। ਨਾਰੀਅਲ ਇੱਕ ਅਜਿਹਾ ਫਲ ਹੈ ਜਿਸ ਦੇ ਹਰ ਹਿੱਸੇ ਦਾ ਉਪਯੋਗ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਫਲ ਖਾਣ ਪੀਣ ਤੋਂ ਇਲਾਵਾ ਚੀਜ਼ਾਂ ਬਣਾਉਣ ਅਤੇ ਬਾਲਣ ਦੇ ਰੂਪ ਵਿੱਚ ਵੀ ਕੰਮ ਆਉਂਦਾ ਹੈ ਤੇ ਇਹੀ ਵਜ੍ਹਾ ਕਰਕੇ ਇਸ ਨੂੰ ਟ੍ਰੀ ਆਫ ਲਾਈਫ ਵੀ ਮੰਨਿਆ ਜਾਂਦਾ ਹੈ। ਚੀਨ ਦੇ ਸੱਭਿਆਚਾਰ ਦੇ ਵਿੱਚ ਜੇਕਰ ਕੋਈ ਲੜਕੀ ਆਪਣੇ ਵਾਲਾਂ ਦੇ ਵਿੱਚ ਚਿੱਟਾ ਫੁੱਲ ਲਗਾਉਂਦੀ ਹੈ ਤਾਂ ਇਸ ਦਾ ਮਤਲਬ ਉਸ ਦੇ ਮਾਂ-ਪਿਓ ਮਰ ਚੁੱਕੇ ਨੇ, ਤੇ ਜੇਕਰ ਉਹ ਆਪਣੇ ਵਾਲਾਂ ਦੇ ਵਿੱਚ ਨੀਲਾ ਫੁੱਲ ਲਗਾਉਂਦੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਉਸ ਦਾ ਬੱਚਾ ਜਾਂ ਉਸ ਦਾ ਪਤੀ ਜਾਂ ਉਹ ਦੋਵੇਂ ਹੀ ਮਰ ਚੁੱਕੇ ਨੇ। ਫੁੱਲਾਂ ਦਾ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਮਹੱਤਵ ਹੈ। ਹਵਾਈਅਨ ਸੱਭਿਆਚਾਰ ਦੇ ਵਿੱਚ ਜੇਕਰ ਲੜਕੀ ਆਪਣੇ ਸੱਜੇ ਕੰਨ ਤੇ ਫੁੱਲ ਨੂੰ ਲਗਾਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਸਿੰਗਲ ਹੈ, ਤੇ ਜੇਕਰ ਉਹ ਆਪਣੇ ਖੱਬੇ ਕੰਨ ਤੇ ਫੁੱਲ ਲਗਾਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਜਾਂ ਕਿਸੇ ਨਾਲ ਰਿਲੇਸ਼ਨ ਵਿੱਚ ਹੈ ਜਾਂ ਉਹ ਵਿਆਹੀ ਹੋਈ ਹੈ। ਗ੍ਰੀਸ ਦਾ ਰਾਸ਼ਟਰੀ ਗੀਤ ਦੁਨੀਆ ਦਾ ਸਭ ਤੋਂ ਲੰਬਾ ਰਾਸ਼ਟਰੀ ਗੀਤ ਹੈ। ਸੇਬ, ਆੜੂ, ਆਲੂ ਬੁਖਾਰਾ, ਸਟ੍ਰੋਬੇਰੀ, ਰਸਭਰੀ, ਚੈਰੀ ਤੇ ਬਦਾਮ ਸਾਰੇ ਫੁੱਲਾਂ ਦੀਆਂ ਫੈਮਿਲੀਆਂ ਦੇ ਮੈਂਬਰ ਨੇ। ਇੱਕ ਸ਼ਾਰਕ ਆਪਣੇ ਪੂਰੇ ਜੀਵਨ ਦੇ ਵਿੱਚ 50,000 ਤੋਂ ਜ਼ਿਆਦਾ ਦੰਦ ਉਗਾਉਂਦੀ ਹੈ, ਜਿਨ੍ਹਾਂ ਨੂੰ ਉਹ ਟਾਈਮ ਟਾਈਮ ਤੇ ਗਵਾਉਂਦੀ ਵੀ ਰਹਿੰਦੀ ਹੈ, ਜਦਕਿ ਇੱਕ ਟਾਈਮ ਸ਼ਾਰਕ ਦੇ ਮੂੰਹ ਦੇ ਵਿੱਚ 3,000 ਦੰਦ ਹੁੰਦੇ ਨੇ। ਕੈਨੇਡਾ ਦੀ ਟ੍ਰੈਂਟ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਸਭ ਵਿੱਚ ਸਰਵ ਕੀਤੇ ਜਾਂਦੇ ਚਿਕਨ ਦੇ ਇੱਕ ਸੈਂਪਲ ਦੇ DNA ਤੇ ਰਿਸਰਚ ਕਰਕੇ ਇਹ ਪਤਾ ਲਗਾਇਆ ਕਿ ਇਸ ਦੇ ਵਿੱਚ ਸਿਰਫ 50% ਹੀ ਚਿਕਨ ਸੀ ਅਤੇ ਬਾਕੀ 50% ਸੋਇਆ ਸੀ। ਇੰਨਾ ਹਾਈਨਿਕ ਸਵਾਨ 7'11", ਮਾਰਟਿਨ ਬਿਨ ਬੋਇਨ ਬਿਟ 7'9", ਹੁਣ ਤੱਕ ਰਿਕਾਰਡ ਕੀਤੇ ਗਏ ਦੁਨੀਆ ਦੇ ਸਭ ਤੋਂ ਲੰਬੇ ਮੈਰਿਡ ਕਪਲ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨਸਾਨ ਨੇ ਮੁਰਗੀਆਂ ਨੂੰ ਸਭ ਤੋਂ ਪਹਿਲਾਂ ਖਾਣ ਲਈ ਨਹੀਂ ਪਾਲਣਾ ਸ਼ੁਰੂ ਕੀਤਾ ਸੀ, ਬਲਕਿ ਉਹ ਇਹਨਾਂ ਨੂੰ ਲੜਾਉਣ ਲਈ ਪਾਲਿਆ ਕਰਦੇ ਸਨ। ਤੁਹਾਨੂੰ ਇਹ ਜਾਣ ਕੇ ਬਹੁਤ ਜ਼ਿਆਦਾ ਹੈਰਾਨੀ ਹੋਵੇਗੀ ਕਿ ਹਿਟਲਰ, ਮੋਸੋਲੀਨੀ ਤੇ ਸਟਾਲਿਨ ਇਹਨਾਂ ਸਾਰਿਆਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਸੀ। ਇਟਲੀ ਦੁਨੀਆ ਦਾ ਪਹਿਲਾ ਇੱਕ ਅਜਿਹਾ ਦੇਸ਼ ਬਣ ਗਿਆ ਹੈ ਜਿਸ ਨੇ ਸਕੂਲੀ ਵਿਦਿਆਰਥੀਆਂ ਲਈ ਜਲਵਾਯੂ ਪਰਿਵਰਤਨ ਦੇ ਬਾਰੇ 'ਚ ਸਿੱਖਣ ਲਈ ਲਾਜ਼ਮੀ ਬਣਾ ਦਿੱਤਾ ਗਿਆ ਹੈ। ਇਹ ਪੂਰੇ ਇਟਲੀ ਦੇ ਵਿੱਚ ਸਪਤੰਬਰ 2020 ਨੂੰ ਲਾਗੂ ਕਰ ਦਿੱਤਾ ਜਾਵੇਗਾ, ਜਿਸ ਦੇ ਵਿੱਚ ਹਰ ਸਟੂਡੈਂਟ ਨੂੰ ਘੱਟ ਤੋਂ ਘੱਟ 33 ਘੰਟੇ ਇਸ ਸਬਜੈਕਟ ਨੂੰ ਦੇਣੇ ਲਾਜ਼ਮੀ ਹੋਣਗੇ। ਕੀ ਤੁਸੀਂ ਜਾਣਦੇ ਹੋ ਸਾਡੇ ਸੂਰਜ ਦੇ ਵਿੱਚ 10 ਲੱਖ ਤੋਂ ਜ਼ਿਆਦਾ ਧਰਤੀਆਂ ਸਮਾ ਸਕਦੀਆਂ ਨੇ? ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋਵੋਗੇ ਕਿ ਸੂਰਜ ਦਾ ਆਕਾਰ ਕਿੰਨਾ ਵੱਡਾ ਹੈ, ਪਰ ਇੱਥੇ ਇਹ ਵੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਸੂਰਜ ਨੂੰ ਇੱਕ ਔਸਤ ਆਕਾਰ ਦਾ ਤਾਰਾ ਹੀ ਮੰਨਿਆ ਜਾਂਦਾ ਹੈ। ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਕੋਈ ਐਨੀਮੇਸ਼ਨ ਫੋਟੋ ਨਹੀਂ ਹੈ, ਇਹ ਸਾਲ 2008 ਦੇ ਵਿੱਚ ਵੀਨਸ, ਜੁਪੀਟਰ ਅਤੇ ਚੰਦ ਦੀ ਵਜ੍ਹਾ ਨਾਲ ਇਸ ਤਰ੍ਹਾਂ ਦਾ ਦ੍ਰਿਸ਼ ਦੁਨੀਆ ਦੇ ਸਾਹਮਣੇ ਆਇਆ ਸੀ ਜਿਸ ਨੂੰ ਸਾਰੀ ਦੁਨੀਆ ਨੇ ਦੇਖਿਆ ਸੀ। ਸਾਲ 1999 ਦੇ ਵਿੱਚ ਕੋਕਾ ਕੋਲਾ ਨੇ ਇੱਕ ਅਜਿਹੀ ਵੈਂਡਿੰਗ ਮਸ਼ੀਨ ਬਣਾਈ ਜਿਹੜੀ ਕਿ ਬਾਹਰ ਦੇ ਤਾਪਮਾਨ ਦੇ ਹਿਸਾਬ ਦੇ ਨਾਲ ਕੋਕਾ ਕੋਲਾ ਦਾ ਰੇਟ ਐਡਜਸਟ ਕਰ ਲੈਂਦੀ ਸੀ। ਜੇਕਰ ਬਾਹਰ ਤਾਪਮਾਨ ਜ਼ਿਆਦਾ ਹੁੰਦਾ ਸੀ ਤਾਂ ਇਹ ਕੋਕ ਦੀ ਕੀਮਤ ਵੀ ਜ਼ਿਆਦਾ ਕਰ ਦਿੰਦੀ ਸੀ। 58 ਘੰਟੇ 35 ਮਿੰਟ ਤੇ 58 ਸੈਕਿੰਡ ਇਹ ਦੁਨੀਆ ਦੀ ਅੱਜ ਤੱਕ ਕੀਤੀ ਗਈ ਸਭ ਤੋਂ ਲੰਬੀ ਕਿਸ ਦਾ ਟਾਈਮ ਹੈ। ਇਹ ਸਾਲ 2013 ਦੇ ਵਿੱਚ ਵੈਲੈਂਟਾਈਨ ਡੇ ਤੇ ਥਾਈਲੈਂਡ ਦੇ ਵਿੱਚ ਪਰਫਾਰਮ ਕੀਤੀ ਗਈ ਸੀ। ਜਦੋਂ ਤੁਸੀਂ ਕੋਈ ਵੀ ਚੀਜ਼ ਧਰਤੀ ਤੋਂ ਹਵਾ ਵੱਲ ਨੂੰ ਸੁੱਟਦੇ ਹੋ ਤਾਂ ਉਹ ਵਾਪਸ ਧਰਤੀ ਦੇ ਉੱਪਰ ਹੀ ਆ ਜਾਂਦੀ ਹੈ। ਇਸ ਨੂੰ ਧਰਤੀ ਦਾ ਗੁਰੂਤਾਕਰਸ਼ਣ ਕਿਹਾ ਜਾਂਦਾ ਹੈ। ਅਜਿਹਾ ਹੀ ਗੁਰੂਤਾਕਰਸ਼ਣ ਚੰਦ ਦਾ ਵੀ ਹੈ, ਪਰ ਉਹ ਧਰਤੀ ਦੀ ਤੁਲਨਾ ਦੇ ਵਿੱਚ 6 ਗੁਣਾ ਘੱਟ ਹੈ। ਇਸ ਹਿਸਾਬ ਨਾਲ ਜੇਕਰ ਕਿਸੇ ਇਨਸਾਨ ਦਾ ਵਜ਼ਨ ਧਰਤੀ ਉੱਪਰ 100 ਕਿਲੋ ਹੈ ਤਾਂ ਉਹੀ ਇਨਸਾਨ ਜਦੋਂ ਚੰਦ ਉੱਪਰ ਜਾਏਗਾ ਤਾਂ ਉਸ ਦਾ ਵਜ਼ਨ 16.5
ਟਾਈਟੈਨਿਕ ਜਹਾਜ਼ 28 ਮੀਟਰ ਚੌੜਾ 53 ਮੀਟਰ ਉੱਚਾ ਤੇ 269 ਮੀਟਰ ਲੰਬਾ ਸੀ ਜਿਸ ਨੂੰ ਬਣਾਉਣ ਦੇ ਵਿੱਚ 3 ਸਾਲ ਦਾ ਸਮਾਂ ਲੱਗਿਆ ਸੀ ਜਦਕਿ ਇਸ ਨੂੰ ਸਮੁੰਦਰ ਦੇ ਵਿੱਚ ਡੁੱਬਣ ਲਈ ਸਿਰਫ 4 ਦਿਨ ਲੱਗੇ ਸਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨਸਾਨੀ ਨੱਕ 1 ਖਰਬ ਅਲੱਗ ਅਲੱਗ ਤਰ੍ਹਾਂ ਦੇ ਸੈਂਟਾਂ ਦੀ ਖੁਸ਼ਬੂ ਨੂੰ ਪਹਿਚਾਣ ਸਕਦਾ ਹੈ। ਡੋਪਾਮਾਈਨ ਇੱਕ ਅਜਿਹਾ ਨਿਊਰੋ ਟਰਾਂਸਮਿਸ਼ਨ ਹੈ ਜਿਹੜਾ ਇਨਸਾਨ ਨੂੰ ਖੁਸ਼ੀ ਦਾ ਅਹਿਸਾਸ ਕਰਵਾਉਂਦਾ ਹੈ ਤੇ ਇਹ ਡੋਪਾਮਾਈਨ ਇਨਸਾਨ ਦੇ ਵਿੱਚ ਚੀਜ਼ਾਂ ਦੀ ਲੱਤ ਵੀ ਲਗਾਉਂਦਾ ਹੈ ਜਿਨ੍ਹਾਂ ਦੇ ਵਿੱਚੋਂ ਨਸ਼ਾ ਵੀ ਇੱਕ ਹੈ। ਨੀਲ ਆਰਮਸਟ੍ਰੋਂਗ ਅਤੇ ਉਹਨਾਂ ਦੇ ਕੋ ਪਾਇਲਟ ਬਜ਼ ਆਲਡ੍ਰਿਨ ਜਦੋਂ ਚੰਦ ਤੇ ਸਨ ਤਾਂ ਉਹਨਾਂ ਨੇ ਧਰਤੀ ਦੇ ਆਉਣ ਤੋਂ ਪਹਿਲਾਂ ਚੰਦ ਤੋਂ ਕੁਝ ਰਿਸਰਚ ਦੇ ਲਈ ਧੂੜ ਇਕੱਠੀ ਕਰ ਲਈ ਜਿਸ ਨੂੰ ਉਹ ਆਪਣੇ ਨਾਲ ਲੈ ਕੇ ਧਰਤੀ ਉੱਪਰ ਆ ਗਏ ਤੇ ਉਸ ਚੰਦ ਦੀ ਧੂੜ ਨੂੰ ਸਾਲ 2017 ਦੇ ਵਿੱਚ 14 ਲੱਖ ਪਾਉਂਡ ਦੇ ਵਿੱਚ ਬੋਲੀ ਲਗਾ ਕੇ ਵੇਚ ਦਿੱਤਾ ਗਿਆ। ਇਹ ਆਮ ਗੱਲ ਕਹੀ ਜਾਂਦੀ ਹੈ ਕਿ ਸਾਨ ਨੂੰ ਲਾਲ ਰੰਗ ਦੇਖ ਕੇ ਗੁੱਸਾ ਆਉਂਦਾ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਸਾਨ ਕਲਰ ਬ੍ਰਾਈਟ ਹੁੰਦੇ ਨੇ ਉਹ ਰੰਗ ਨਹੀਂ ਦੇਖ ਸਕਦੇ। ਸਾਨ ਨੂੰ ਗੁੱਸਾ ਆਉਣ ਦਾ ਅਸਲੀ ਕਾਰਨ ਕੱਪੜੇ ਨੂੰ ਹਿਲਾਈ ਜਾਣ ਦੀ ਮੂਵਮੈਂਟ ਹੁੰਦੀ ਹੈ। ਜੇਕਰ ਸਾਨੂੰ ਕਿਤੇ ਪੁੱਛਿਆ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਤਾਂ ਅਸੀਂ ਝੱਟ ਦੇਣੇ ਜਵਾਬ ਦੇਵਾਂਗੇ ਕਿ ਮਾਊਂਟ ਐਵਰੈਸਟ। ਜੇਕਰ ਇਸ ਸਵਾਲ ਨੂੰ ਥੋੜ੍ਹਾ ਜਿਹਾ ਘੁਮਾ ਦਿੱਤਾ ਜਾਵੇ ਤਾਂ ਐਵੇਂ ਪੁੱਛਿਆ ਜਾਏ ਕਿ ਸਾਡੇ ਸੋਲਰ ਸਿਸਟਮ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਤਾਂ ਅਸੀਂ ਸ਼ਸ਼ੋਪੰਜ ਵਿੱਚ ਪੈ ਜਾਵਾਂਗੇ। ਇਸ ਦਾ ਜਵਾਬ ਹੈ ਰੀਆ ਸਿਲਵੀਆ। ਇਹ ਵੈਸਟਾ ਨਾਮ ਦੇ ਐਸਟਰੋਇਡ ਤੇ ਹੈ ਤੇ ਇਸ ਦੀ ਉਚਾਈ 22 ਕਿਲੋਮੀਟਰ ਹੈ। ਦੁਨੀਆ ਦੇ ਅਮੀਰ 3 ਪਰਿਵਾਰਾਂ ਕੋਲ ਜਿੰਨੀ ਦੌਲਤ ਹੈ ਓਨੀ ਪੂਰੀ ਦੌਲਤ ਦੁਨੀਆ ਦੇ 48% ਗਰੀਬਾਂ ਦੇ ਕੋਲ ਵੀ ਨਹੀਂ ਹੈ। ਦੁਨੀਆ ਦੇ ਵਿੱਚ 7 ਹੁਣ ਤੱਕ ਅਜਿਹੇ ਤਲਾਕ ਹੋ ਚੁੱਕੇ ਨੇ ਜਿਨ੍ਹਾਂ ਦੀ ਸੈਟਲਮੈਂਟ 1 ਅਰਬ ਡਾਲਰ ਤੋਂ ਕਿਤੇ ਜ਼ਿਆਦਾ ਦੇ ਵਿੱਚ ਹੋਈ ਹੈ। ਇਹਨਾਂ ਦੇ ਵਿੱਚੋਂ ਸਭ ਤੋਂ ਨਵਾਂ ਨਾਮ ਐਮਾਜ਼ਾਨ ਦੇ ਫਾਊਂਡਰ ਜੈਫ ਬੇਜ਼ੋਸਕਾ ਦਾ ਹੈ ਜਿਨ੍ਹਾਂ ਨੇ ਆਪਣੀ ਘਰਵਾਲੀ ਦੇ ਨਾਲ ਤਲਾਕ ਦੇ ਏਵਜ਼ 38 ਬਿਲੀਅਨ ਅਮੈਰੀਕਨ ਡਾਲਰ ਦਿੱਤੇ ਹਨ। ਇਹ ਭਾਰਤ ਦੀ ਕਰੰਸੀ ਦੇ ਵਿੱਚ 2,66,000 ਕਰੋੜ ਰੁਪਏ ਬਣਦੇ ਨੇ। ਜਰਮਨੀ ਦੇ ਵਿੱਚ ਅੱਜ ਦੇ ਟਾਈਮ ਨਾਜ਼ੀ ਸਲੂਟ ਮਾਰਨਾ ਤੁਹਾਨੂੰ 3 ਸਾਲ ਦੀ ਜੇਲ੍ਹ ਦੀ ਹਵਾ ਖਵਾ ਸਕਦਾ ਹੈ। ਲਿਕਸਟੈਨ ਨੂੰ ਦੁਨੀਆ ਦਾ ਸਭ ਤੋਂ ਘੱਟ ਕ੍ਰਾਈਮ ਵਾਲਾ ਦੇਸ਼ ਗਿਣਿਆ ਜਾਂਦਾ ਹੈ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਇੱਥੋਂ ਦੀਆਂ ਜੇਲ੍ਹਾਂ ਦੇ ਵਿੱਚ ਸਿਰਫ 7 ਕੈਦੀ ਨੇ ਜਦਕਿ ਇੱਥੇ ਆਖਰੀ ਕਤਲ 2007 ਦੇ ਵਿੱਚ ਹੋਇਆ ਸੀ। ਧਰਤੀ ਪਿਛਲੇ 400 ਕਰੋੜ ਸਾਲਾਂ ਤੋਂ ਪਾਣੀ ਨੂੰ ਰੀਸਾਈਕਲ ਕਰਦੀ ਆ ਰਹੀ ਹੈ। ਇਸ ਹਿਸਾਬ ਨਾਲ ਅਸੀਂ ਜਿਹੜਾ ਪਾਣੀ ਪੀ ਰਹੇ ਹਾਂ ਉਹ ਪਾਣੀ ਡਾਇਨਾਸੌਰ ਅਤੇ ਸ਼ੁਰੂਆਤੀ ਇਨਸਾਨਾਂ ਨੇ ਵੀ ਪੀਤਾ ਸੀ। ਇਹ ਸਮਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਨਾਲ ਜੁੜੇ ਹੋਏ ਕੋਈ ਦਿਲਚਸਪ ਤੱਥ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।